ਜਾਣਕਾਰੀ ਲੈ ਲਓ ਪ੍ਰੋਟੈਕਸ਼ਨ ਪਿੰਡ ਬਣਾ। ਮੇਰੇ ਨਾਲ ਪਹਿਲਾਂ ਬਲੱਡ ਕੈਂਸਰ ਵੀ ਬਹੁਤ ਜ਼ਿਆਦਾ ਅਤੇ ਮੈਂ ਡਾਕਟਰ ਨੂੰ ਦਵਾਈ ਖਾਂਦਾ ਸੀ। ਪਿਛਲੇ ਤੋਂ ਪਿਛਲੇ ਸੰਡੇ ਮਾਰਕੀਟ ਸਰਜਰੀ ਕੀਤਾ ਸੀ, ਤੁਹਾਡੇ ਸਿਰਾਂ 'ਚ ਦਰਦ ਹੁੰਦਾ, ਨਾੜਾਂ ਬਲੋਕ ਬੰਦ ਆ, ਨਾੜਾਂ ਫੁੱਲ ਰਹੀਆਂ, ਸਿਰ ਦਾ ਦਰਦ ਬੰਦ ਹੋ ਰਿਹਾ, ਕਿਉਂਕਿ ਪਾਸਟਰੀ ਕਿਹਾ ਇਸਨੂੰ ਠੀਕ ਹੋ ਗਿਆ, ਅੰਦਰ ਅੱਗੇ ਨੂੰ ਆ ਜਾਓ। ਫਿਰ ਮੈਂ ਠੀਕ ਹੋ ਗਿਆ ਸੀ, ਮੈਂ ਅੱਗੇ ਨਹੀਂ ਆਇਆ, ਮਤਲਬ ਮੈਂ ਤਾਜ਼ਾ ਚੈੱਕ ਕਰਕੇ ਦੇਖਾਂਗਾ ਵੀ ਠੀਕ ਹੈ ਜਾਂ ਨਹੀਂ ਹੈ। ਮੈਂ ਕਿਹਾ ਐਵੇਂ ਲੋਕ ਪੁੱਛਿਆ ਦਵਾਈਆਂ ਦੇ ਜਾਂਦੇ ਵੀ ਹਾਂ ਮੈਂ ਠੀਕ ਹੋ ਗਿਆ, ਠੀਕ ਹੋ ਗਿਆ, ਲੇਕਿਨ ਮੈਨੂੰ 15 ਦਿਨ ਹੋ ਗਿਆ, ਮੇਰਾ ਸਿਰ ਦਾ ਖਤਮ, ਮੇਰੀਆਂ ਨਾੜਾਂ ਖਤਮ। ਮੈਂ ਡਾਕਟਰ ਕੋਲ ਗਿਆ ਚੰਡੀਗੜ੍ਹ, 15 ਦਿਨ ਹੋ ਗਏ, ਉਹਨਾਂ ਨੇ ਚੰਡੀਗੜ੍ਹ ਦਵਾਈ ਬੰਦ ਕਰਤੀ, 10:30 ਦਵਾਈ ਸੀਗੀ, ਬਿਲਕੁਲ ਦਵਾਈ ਬੰਦ ਆ, ਮੈਂ ਦਵਾਈ ਨਹੀਂ ਖਾਂਦਾ। ਮੈਂ ਪ੍ਰਭੂ ਦਾ ਧੰਨਵਾਦ ਕਰਦਾ, ਮੈਂ ਪ੍ਰਭੂ ਚੰਗਾ ਕੀਤਾ, ਮੈਂ ਪ੍ਰਭੂ ਦਾ ਧੰਨਵਾਦ ਕਰਦਾ, ਪਾਸਟਰ ਧੰਨਵਾਦ ਕਰਦਾ, ਮੇਰਾ ਟੀਮ ਦਾ ਧੰਨਵਾਦ ਕਰ ਜਿਹਨਾਂ ਦਿਨ ਵਾਸਤੇ। ਅੱਛਾ, ਜਦੋਂ ਤੁਹਾਡੇ ਵਾਸਤੇ ਪ੍ਰੇਅਰ ਹੋਈ ਸੀ ਤੇ ਤੁਸੀਂ ਚੰਗੇ ਹੋ ਗਏ, ਪਰ ਅੱਗੇ ਨਹੀਂ ਆਏ? ਨਹੀਂ ਆਏ, ਕਹਿੰਦੇ ਵੀ ਤਸੱਲੀ ਕਰ ਲਓ। ਤਸੱਲੀ ਕਰਨੀ ਹੈ ਜੀ, ਮੈਂ ਕਿਹਾ ਲੋਕ ਐਵੇਂ ਕਹਿੰਦੇ ਨਾ ਠੀਕ ਹੋ ਗਈ, ਦੱਤ ਠੀਕ ਹੋ ਗਿਆ, ਮੇਰਾ ਮੈਂ ਕਦੇ ਘਰਿਆ ਠੀਕ ਹੁੰਦੀ, ਇਹ ਲੋਕ ਇੱਦਾਂ ਬੋਲਦੇ ਆ। ਮੈਂ ਕਿਹਾ ਨਹੀਂ ਜਾਣਾ, ਮੈਂ 15 ਦਿਨ ਲਗਾਤਾਰ ਬੈਠਾ ਰਿਹਾ, ਦੇਖੀ ਆ ਤਾਂ ਘਰਦੇ ਠੀਕ ਆ, ਮੈਂ ਠੀਕ ਹੋ ਗਿਆ, ਘਰਦੇ ਕਹਿੰਦੇ ਵਾਹੀ ਦੇ ਲੈ, ਚੰਗੀ ਤਾਂ ਠੀਕ ਹੋ ਗਈ, ਮਗਰ ਇਹਨੇ ਕਿਆ ਕੀਆ, ਘਰ ਜਾ ਕੇ ਆਪਣੇ ਆਪ ਨੂੰ ਚੈੱਕ ਕੀਆ। ਇਹ ਸਹੀ ਬਾਤ ਹੈ ਜਾਂ ਬੁਰੀ ਬਾਤ ਹੈ? ਮੈਂ ਕਿਆ ਬੋਲ ਰਿਹਾ ਹਾਂ, ਇਹ ਸਹੀ ਹੈ ਕਿ ਗਲਤ ਹੈ ਚੈੱਕ ਕਰਨਾ? ਚੈੱਕ ਕੀਤਾ, ਇਹ ਸਹੀ ਗੱਲ ਹੈ ਜਾਂ ਬੁਰੀ ਗੱਲ ਹੈ? ਸਹੀ ਵਾਲੇ ਹੱਥ ਉਠਾ ਲਈ ਆ, ਮਾਤਾ ਸਹੀ ਨੇ, ਹੱਥ ਖੜਾ ਕਰ, ਬੋਲੋ ਹਾਲੇਲੂਇਆ। ਦੇਖੋ, ਆਪਣੇ ਆਪ ਨੂੰ ਚੈੱਕ ਕਰਨਾ, ਆਪਣੇ ਆਪ ਨੂੰ ਤਸੱਲੀ ਕਰਨੀ। ਇੱਥੇ ਇੱਕ ਭਾਈ ਆ, ਅਜੇ ਸ਼ੂਗਰ ਦੀ ਪ੍ਰੋਬਲਮ ਸੀ, ਹਾਂ ਤੁਸੀਂ ਵੀ ਗਲੋਰੀ ਟੂ ਗਾਡ, ਗਲੋਰੀ ਟੂ ਗਾਡ, ਕਿਉਂਕਿ ਜੋ ਪਰਮੇਸ਼ਵਰ ਕਰਦਾ ਆ, ਪਰਮੇਸ਼ਵਰ ਜ਼ਿੰਦਗੀ ਨੂੰ ਬਦਲਦਾ। ਇਹ ਭਾਈ ਪਹਿਲੀ ਵਾਰ ਆਇਆ ਸੀ, ਜਦੋਂ ਇਹਦੇ ਮੈਂ ਪ੍ਰੇਅਰ ਕੀਤੀ, ਪ੍ਰੇਅਰ ਕਰਕੇ ਚਲੇ ਗਿਆ, ਉਹ ਦੁਬਾਰਾ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਇਹਦੇ ਲਈ ਫਿਰ ਦੁਬਾਰਾ ਪ੍ਰੇਅਰ ਕਰ। ਪਵਿੱਤਰ ਆਤਮਾ ਨੇ ਮੈਨੂੰ ਕਿਹਾ, ਕਹਿ ਕੇ ਤੇਰੀ ਸ਼ੂਗਰ ਖਤਮ ਹੋ ਰਹੀ ਆ। ਔਰ ਇਹਨਾਂ ਨੇ, ਚਲੋ ਠੀਕ ਆ, ਪਹਿਲੀ ਵਾਰ ਆਏ, ਰਿਸੀਵ ਕੀਤਾ, ਜਿੱਦਾਂ ਵੀ ਮਤਲਬ ਸਹੀ ਕਰ ਲਿਆ, ਚਾਹੇ ਬੁਰਾ ਕਰ ਲਿਆ, ਜਿੱਦਾਂ ਵੀ ਕਰਕੇ ਚਲੋ ਠੀਕ ਆ ਜੀ, ਕਹਿ ਦਿੱਤਾ ਚਲੇ ਗਏ। ਪਰ ਇਹਨਾਂ ਨੇ ਦੂਸਰੇ ਦਿਨ ਜਾ ਕੇ ਟੈਸਟ ਕਰਵਾਇਆ। ਹਾਲੇਲੂਇਆ। ਇਹ ਦੱਸ ਰਹੇ ਸੀਗੇ ਪਿਛਲੇ ਐਤਵਾਰ ਇਹਨਾਂ ਦੀ ਸ਼ੂਗਰ 130 ਆਈ, ਮਤਲਬ ਕੰਟਰੋਲ ਦੇ ਵਿੱਚ ਤੇ ਨੋਰਮਲ। ਹਾਲੇਲੂਇਆ, ਹਾਲੇਲੂਇਆ, ਹੈਲੋ, ਹਾਲੇਲੂਇਆ। ਕਿਉਂਕਿ ਪਰਮੇਸ਼ ਐਦੇ ਹੋਈ ਸੀ, ਸੱਚ ਇਹ ਆਮੀਨ ਤਾਂ ਬੋਲ ਦੋ, ਆਮੀਨ, ਹਾਲੇਲੂਇਆ, ਹਾਲੇਲੂਇਆ, ਬੋਲੋ ਹਾਲੇਲੂਇਆ। ਕਿਉਂਕਿ ਸਾਡਾ ਪਰਮੇਸ਼ਵਰ ਮੋਢਿਆਂ ਵਿੱਚ ਜਾਨ ਪਾਉਣ ਦੀ ਤਾਕਤ ਰੱਖਦਾ, ਔਰ ਮਰਿਆ ਹੋਇਆ ਨਹੀਂ ਬਲਕਿ ਜ਼ਿੰਦਾ ਪਰਮੇਸ਼ਵਰ ਆ।